ਬਚਿੰਤਕੌਰ ਦੀ ਪੁਸਤਕ ਕਾਗਜ਼ ਕਲਮ ਤੇ ਚਿੱਤਰ ਦੀ ਅਗਲੀ ਸ਼ਖਸੀਅਤ ਹੈ ਸਾਹਿਤ ਸਮਾਜ ਦੇ ਹਰਪਜਨ ਸਿੰਘ ਨਿਰਦੋਸ਼ ਵੀਰ ਹਰਪਜਨ ਸਿੰਘ ਨਿਰਦੋਸ਼ ਨਾਲ ਮੇਰੀ ਪਹਿਲੀ ਮੁਲਾਕਾਤ ਕਦੋਂ ਤੇ ਕਿੱਥੇ ਹੋਈ ਇਸ ਬਾਰੇ ਤਾਂ ਸਹੀ-ਸਹੀ ਮੈਨੂੰ ਹੁਣ ਯਾਦ ਨਹੀਂ ਪਰ ਇਹਨਾਂ ਜ਼ਰੂਰ ਕਹਾਂਗੀ ਕਿ ਪਿਛਲੇ 50 ਹੋਰਿਆਂ ਤੋਂ ਮੈਨੂੰ ਇਹਨਾਂ ਵੱਲੋਂ ਮੋਹ ਤੇ ਪਿਆਰ ਮਿਲ ਰਿਹਾ ਹੈ ਜਿਵੇਂ ਕਿ ਮੈਂ ਤੁਹਮਰ ਚ ਵੱਡੇ ਹਨ ਓਵੇਂ ਹੀ ਇਹਨਾਂ ਦੀਆਂ ਸਮਾਜਿਕ ਧਾਰਮਿਕ ਸੱਭਿਆਚਾਰਕ ਤੇ ਸਾਹਿਤਿਕ ਪ੍ਰਾਪਤੀਆਂ ਵੀ ਵੱਡੀਆਂ ਹਨ ਇਨਾ ਦਾ ਜਨਮ 4 ਅਪ੍ਰੈਲ 1933 ਨੂੰ ਪਿੰਡ ਫਰਾਲਾ ਜ਼ਿਲ੍ਹਾ ਜਲੰਧਰ ਚ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ ਪਰ ਹੋਣੀ ਨੇ ਪੰਘੂੜੇ ਦੀ ਪਛਾਣ ਤੋਂ ਵੀ ਪਹਿਲਾਂ ਪਿਤਾ ਦਾ ਸਾਆ ਬਾਲ ਖਰਪਜਨ ਸਿੰਘ ਦੇ ਸਿਰ ਤੋਂ ਹਟਾ ਲਿਆ ਪਿਤਾ ਕੋਈ ਟੇਟ ਆਏ ਮਾਰੂ ਪੋਚਾਲ ਚ ਪਰ ਲੋਕ ਸਿਹਾਰ ਗਏ ਪਰ ਮਾਤਾ ਨੇ ਇਸ ਘਾਟ ਨੂੰ ਕਦੇ ਵੀ ਬਾਲ ਖਰਪਜਨ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਉਹ ਕੱਲੀ ਮਾਤਾ ਤੇ ਪਿਤਾ ਦੋਵਾਂ ਪੱਖਾਂ ਨੂੰ ਪੂਰੀ ਦੀ ਹੋਈ ਇਸ ਬੱਚੇ ਲਈ ਦਿਨ ਰਾਤ ਇੱਕ ਕਰਦੀ ਬਾਲਕ ਹਰਪਜੰਦੀ ਸੇਵਾ ਆਪਣੇ ਅੰਤਿਮ ਸਾਹਾਂ ਤੱਕ ਕਰਦੀ ਰਹੀ। ਉਹਦੀ ਇਹ ਕਾਰਨਾ ਹੀ ਹੈ ਜਿਸ ਸਦਕਾ ਅਜ ਤੱਕ ਹਰਪਜੰਤ ਸਿੰਘ ਨਿਰਦੋਰ ਸਮਾਜ ਸੇਵਾ ਜਤਨੋਂ ਮਨੋ ਜੁਟੇ ਹੋਏ ਹਨ। ਇਸ ਸਮਾਜਿਕ ਸੇਵਾ ਵੱਲ ਉਹਨਾਂ ਦਾ ਧਿਆਨ ਵਿਦਿਆਰਥੀ ਜੀਵਨ ਤੋਂ ਹੀ ਆਰੰਭ ਹੋ ਜਾਂਦਾ ਹੈ। ਗਿਆਨੀ ਮੈਟ੍ਰਿਕ ਕਰਨ ਸਮੇਂ ਆਪ ਨੂੰ ਸਾਹਿਤਿਕ ਮਹਿਫਲਾਂ 'ਚ ਜਾਣ ਦਾ ਮੌਕਾ ਮਿਲਦਾ ਰਿਹਾ। ਜਿਸ ਕਾਰਨ ਪਿੱਛੋਂ ਇਹਨਾਂ ਨੇ ਹੋਮ ਮਿਨਿਸਟਰੀ ਦੀ ਸਰਕਾਰੀ ਨੌਕਰੀ ਕਰਦੇ ਆਂ ਕਈ ਹਰਮਨ ਪਿਆਰੇ ਕਵੀਆਂ ਤੇ ਵਿਦਵਾਨਾਂ ਦੀ ਸੇਵਾ ਸੰਭਾਲ ਆਪਣੇ ਜਿੰਮੇ ਲੈ ਲਈ ਸੀ ਤੇ ਖੁਦ ਵੀ ਇੱਕ ਪੰਜਾਬੀ ਅਖਬਾਰ ਖੇਤਰੀ ਸੁਤੰਤਰ ਦੀ ਸੰਪਾਦਨਾ ਲਈ ਜਦੋਂ ਜੈਦ ਕਰਨ ਲੱਗੇ ਇਸ ਪੇਪਰ ਨੂੰ ਆਪਣੀ ਮਿਹਨਤ ਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਤਾ ਇਸ ਤੋਂ ਪਿੱਛੋਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਦੀ ਅਗਵਾਈ ਹੇਠ ਸਥਾਪਿਤ ਕੀਤੀ ਗਈ ਮਹਾਕਵੀ ਭਾਈ ਸੰਤੋਖ ਸਿੰਘ ਮੈਮੋਰੀਅਲ ਕਮੇਟੀ ਦੀ ਸੇਵਾ ਦਾ ਵੀ ਬੀੜਾ ਚੁੱਕ ਲਿਆ ਤੇ ਨਾਲ ਹੀ 1955 ਤੋਂ ਪੰਜਾਬੀ ਸਹਿਤ ਸਭਾ ਨਵੀਂ ਦਿੱਲੀ ਦੀ ਸਥਿਰਤਾ ਤੇ ਵਿਕਾਸ ਲਈ ਜਦੋਜਾਦ ਕਰਨ ਲੱਗੇ ਜਿਸ ਦੇ ਉਹ ਫਾਊਂਡਰ ਮੈਂਬਰ ਹਨ ਇਹ ਉਹ ਸਾਹਿਤਿਕ ਅਦਾਰਿਆਂ ਵਿੱਚ ਹਰਪ੍ਰਜਨ ਸਿੰਘ ਆਪਣਾ ਯੋਗਦਾਨ ਅੱਜ ਤੱਕ ਪੂਰੀ ਲਗਨ ਨਾਲ ਪਾ ਰਹੇ ਹਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ ਗਾਥਾ ਸਿਰ ਯਾਦ ਗ੍ਰੰਥ ਜਿਹਨੂੰ ਸ਼੍ਰੋਮਣੀ ਧਾਰਮਿਕ ਅਦਾਰੇ ਨੇ ਜ਼ਬਤ ਕਰ ਲਿਆ ਸੀ ਆਪਨੇ ਕਿਵੇਂ ਨਾ ਕਿਵੇਂ ਫੋਟੋਸਟੈਟ ਕਰ ਕਰਾ ਕੇ ਹਿੰਦੀ ਪੰਜਾਬੀ ਤੇ ਉਰਦੂ ਦੇ ਵਿਦਵਾਨਾਂ ਤੱਕ ਪਹੁੰਚਾਇਆ ਸੀ ਜਿਸ ਦੇ ਰਚਨਾਕਾਰ ਡਾਕਟਰ ਪਿਆਰ ਸਿੰਘ ਸਨ ਇਸ ਵੱਡੀ ਆਕਾਰੀ ਪੁਸਤਕ ਨੂੰ ਜਿਸ ਦੇ ਤਕਰੀਬਨ 534 ਪੰਨੇ ਸਨ ਵਿਦਵਾਨਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਸੀ ਜੋ ਇਹ ਕਾਰਜ ਹਰਪਜਨ ਸਿੰਘ ਦੀ ਆਪਣੀ ਹਿੰਮਤ ਤੇ ਲਗਨ ਕਾਰਨ ਹੀ ਸਿਰੇ ਚੜ ਸਕਿਆ ਇਹ ਹਰਪਜਨ ਸਿੰਘ ਨਿਰਦੋਸ਼ ਨੇ ਨਾ ਕੇਵਲ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਲੋਕ ਕਲਿਆਣ ਦੇ ਕਾਰਜ ਨੇ ਪਰਿਚਾੜੇ ਸਗੋਂ ਸਾਹਿਤਿਕ ਰੁਚੀਆਂ ਦੇ ਲੋਕਾਂ ਤੇ ਖੋਜੀ ਵਿਦਵਾਨਾਂ ਲਈ ਵੀ ਇੱਕ ਮੀਲ ਪੱਥਰ ਸਥਾਪਿਤ ਕੀਤਾ ਪੰਜਾਬੀ ਸਾਹਿਤ ਸਭਾਵਾਂ ਪੰਜਾਬੀ ਲੇਖਕਾਂ ਤੇ ਹੋਰ ਪੰਜਾਬੀ ਦੇ ਕਲਾਕਾਰਾਂ ਲਈ ਹਰਪਜਨ ਸਿੰਘ ਨਿਰਦੋਸ਼ ਮੁੱਢੋਂ ਇਤਨ ਮਾਨਵਾਰਨ ਤੱਕ ਤਿਆਰ ਰਹਿੰਦੇ ਸਨ ਅੱਜ ਜਦੋਂ ਉਮਰ ਦੀ ਸਾਂਝ ਤੱਕ ਪਹੁੰਚ ਚੁੱਕੇ ਹਨ ਤਾਂ ਵੀ ਆਪਣੀ ਸੇਵਾ ਨੂੰ ਕਦੇ ਅੱਖੋਂ ਪਰੋਖੇ ਨਹੀਂ ਕਰਦੇ ਦੇਸ਼ ਦੀ ਵੰਡ ਸਮੇ ਸੋਸ਼ਲ ਸੇਵਕ ਸਭਾ ਪਹਾੜਗੰਜ ਦਿੱਲੀ ਦੀ ਬਤੌਰ ਸਕੱਤਰ ਸੇਵਾ ਕੀਤੀ ਫਿਰ ਪਾਕਿਸਤਾਨ ਦੀ ਭਾਰਤ ਨਾਲ ਲੱਗੀ ਜੰਗ ਸਮੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ ਰਣ ਖੇਤਰ ਤੋਂ ਆਉਂਦੇ ਜ਼ਖਮੀ ਸੂਰਬੀਰ ਫੌਜੀਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਬਖੂਬੀ ਆਪਣੇ ਨਿਭਾਈ ਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਿਰ ਤੋੜ ਮਦਦ ਕੀਤੀ ਇਸੇ ਤਰ੍ਹਾਂ ਜਦੋਂ ਉਸ ਰੋਜਨੀ ਨਗਰ ਵਿੱਚੇ ਸਰਕਾਰੀ ਕੁਆਟਰਾਂ ਚ ਰਹਿੰਦੇ ਸਨ ਕਲੋਨੀ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਬਹੁਤ ਚਿਰ ਤੱਕ ਮੁਫਤ ਸੇਵਾ ਕਰਦੇ ਰਹੇ ਗੁਰਬਾਣੀ ਪੜ੍ਹਨ ਤੇ ਉਸ ਉੱਤੇ ਵਿਚਾਰ ਤੇ ਅਮਲ ਕਰਨ ਲਈ ਲੋਕਾਂ ਨੂੰ ਪ੍ਰੇਰਿਤਦੇ ਰਹੇ ਉਹਨਾਂ ਸਿਰਫ ਧਾਰਮਿਕ ਤੇ ਸਾਹਿਤਿਕ ادارے ਨਾਲ ਜੁੜੇ ਹੋਏ ਸਨ ਸਗੋਂ ਸਮਾਜ ਕਲਿਆਣ ਲਈ ਹਰ ਥਾਂ ਹਰ ਸਮੇਂ ਹਾਜ਼ਰ-ਨਾਜ਼ਰ ਰਹਿੰਦੇ ਸਨ ਹੁਣ ਵੀ ਦਿੱਲੀ ਵਿਖੇ ਜਿਸ ਕਲੋਨੀ ਵਰਿੰਦਰ ਨਗਰ ਵਿਖੇ ਹੋ ਰਹੇ ਨੇ ਉੱਥੇ ਵੀ ਲੋਕ ਭਲਾਈ ਦੇ ਕੰਮਾਂ 'ਚ ਸੁਪਤਨੀ ਬੀਬੀ surjit कौर ਨਾਲ ਦਿਨ ਰਾਤ ਲੱਗੇ ਹੋਏ ਆ। ਸ਼੍ਰੀਮਤੀ surjit kaur ਵੀ ਬੜੀ ਧਾਰਮਿਕ ਤੇ ਸ਼ਾਂਤ ਵਿਰਤੀ ਦੀ ਸਮਾਜ ਸੇਵਿਕਾ ਹੈ। ਉਹ ਖੇੜੇ ਮੱਥੇ ਕਰ ਜਾਏ ਹਰ ਵਿਅਕਤੀ ਦੀਆਂ ਤਕਲੀਫਾਂ ਨੂੰ ਸੁਣਦੀ ਤੇ ਸਮਰਥਾ ਅਨੁਸਾਰ ਦੁਖੀ ਦਿਲਾਂ ਦੇ ਮੱਲਮ ਪੱਟੀ ਧਰਦੀ ਰਹਿੰਦੀ ਹੈ। ਉਹਦਾ ਕਹਿਣਾ ਹੈ ਕਿ ਬੰਦਾ ਹੀ ਬੰਦੇ ਦਾ دارو ਹੁੰਦਾ ਹੈ। ਹਰਪ੍ਰਜਨ ਸਿੰਘ ਹੋਰਾਂ ਦੇ ਪੰਜ ਸੁਪੁੱਤਰ ਸਨ ਜਿਨ੍ਹਾਂ ਚੋਂ ਦੋ ਪਰਮਾਤਮਾ ਨੂੰ ਪਿਆਰੇ ਹੋ ਚੁੱਕੇ। ਵੱਡਾ ਸੁਪੁੱਤਰ ਸਟੇਟ ਬੈਂਕ ਦੇ ਚੁੱਚੇ ਅਧਿਕਾਰੀ ਹੈ, ਦੂਜੀ ਦੋ ਕੈਨੇਡਾ ਤੇ ਇੰਗਲੈਂਡ 'ਚ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ। ਕੁੱਲ ਮਿਲਾ ਕੇ ਸਮਾਜ ਸੇਵਾ ਧਾਰਮਿਕ ਤੇ ਸਾਹਿਤਿਕ ਸੇਵਾਵਾਂ ਨੂੰ ਖੁਸ਼ੀ-ਖੁਸ਼ੀ ਆਪਣੀ ਹਿੰਮਤ ਤੇ ਲਗਨ ਨਾਲ ਨਿਭਾਉਣ ਸਦਕਾ ਹੀ ਉਹਨਾਂ ਨੂੰ ਅਣਗਿਣਤ ਸੰਸਥਾਵਾਂ ਵੱਲੋਂ ਮਾਨ ਸਨਮਾਨ ਪ੍ਰਾਪਤ ਹੋ ਚੁੱਕੇ ਹਨ ਪਹਿਲਾ ਵੱਡਾ ਸਾਹਿਤਿਕ ਸਨਮਾਨ ਪੰਜਾਬੀ ਅਕੈਡਮੀ ਦਿੱਲੀ ਵੱਲੋਂ 9 ਸਤੰਬਰ 2006 ਨੂੰ ਮਿਲਿਆ ਜੋ ਪੰਜਾਬੀ ਅਕੈਡਮੀ ਦੇ ਸਿਲਵਰ ਜੁਬਲੀ ਵੇਰੇ ਦੌਰਾਨ ਇਹਨਾਂ ਨੂੰ ਪ੍ਰਦਾਨ ਕੀਤਾ ਗਿਆ ਇਸ ਸਨਮਾਨ ਦਾ ਨਾਮ ਹੈ ਪੰਜਾਬੀ ਪ੍ਰਸਾਰ ਪ੍ਰਚਾਰ ਸਨਮਾਨ ਤੇ ਦੂਜਾ ਹੈ ਪੰਜਾਬੀ ਸੱਤ ਸਭਾ ਦਿੱਲੀ ਵੱਲੋਂ ਮਿਲਿਆ ਸਨਮਾਨ ਜਿਸ ਸਰਪੰਜਨ ਸਿੰਘ ਨੇ ਤੋਸ਼ੀਨੋ 55000 ਰੁਪਏ ਤੇ ਦੁਸ਼ਾਲਾ ਪੇਟ ਕੀਤਾ ਗਿਆ ਇਸ ਤਰ੍ਹਾਂ ਜ਼ਿਕਰ ਮੈਂ ਨਰਦੂਸ਼ ਜੀ ਦੇ ਜੀਵਨ ਤੇ ਉਪਰੀ ਜੀ ਨਜ਼ਰ ਵੀ ਮਾਰਦੀਆਂ ਤਾਂ ਜੀਵਨ ਘੋੜ ਉਹਨਾਂ ਦੀ ਜ਼ਿੰਦਗੀ ਦਾ ਧੁਰਾ ਰਿਹਾ ਹੈ ਉਹਨਾਂ ਦਾ ਸੰਘਰਸ਼ ਸਾਨੂੰ ਹਿੰਮਤ ਦਿੰਦਾ ਹੈ ਕਿ ਬੰਦਾ ਹੀ ਬੰਦੇ ਦਾ دارو ਹੈ ਅਸੀਂ ਜਿੰਨੀ ਵੀ ਕਿਸੇ ਲੋੜਵੰਦ ਦੀ ਮਦਦ ਕਰ ਸਕੇ ਕਰਨੀ ਚਾਹੀਦੀ ਹੈ ਇਹ ਲੋਕ ਸੇਵਾ ਹੀ ਮਨੁੱਖ ਦੇ ਮਨ ਨੂੰ ਇਹ ਲੋਕ ਸੇਵਾ ਹੀ ਮਨੁੱਖ ਦੇ ਮਨ ਨੂੰ ਨਿਰਮਲਤਾ ਤੇ ਸ਼ਾਂਤੀ ਪ੍ਰਦਾਨ ਕਰਦੀ ਹੈ ਮੈਂ ਵੀਰ ਹਰਪਜਨ ਸਿੰਘ ਨਿਰਦੋਸ਼ੀ, ਧੀਰਗਾਇੂ ਤੇ ਤੰਦਰੁਸਤੀ ਲਈ ਦਿਲੋਂ ਕਾਮਨਾ ਕਰਦੀ ਹਾਂ ਧੰਨਵਾਦ